ਖੇਡਾਂ ਨਾਲ ਪਿਆਰ ਹੈ, ਖੇਡਾਂ ਨਾਲ ਲਗਾਓ। ਮੈਂ ਤਾਂ ਕਹਿੰਦਾ ਲੈ ਇਦੋਂ ਤੁਸੀਂ ਮੈਨੂੰ ਫੜਾਓ 4 ਸਾਲ ਵਾਸਤੇ, ਜੇ 5 ਗੋਲਡ ਨਾ ਆਏ, 5 ਚਾਂਦੀ ਦੇ ਤਗਮੇ ਨਾ ਆਏ, 5 ਬਰੌਨ ਨਾ ਆਏ, ਤਾਂ ਮੈਨੂੰ ਭਾਵੇਂ ਗੋਲੀ ਮਾਰ ਦੇ। ਚਾਈਨਾ ਸਾਥੋਂ ਮਗਰੋਂ ਆਜ਼ਾਦ ਹੋਇਆ, ਹੋਰ ਕਈ ਦੇਸ਼ ਹੈ ਛੋਟੇ ਛੋਟੇ ਜਿਵੇਂ ਹੀ, ਉਹ ਵੀ ਸਾਥੋਂ ਮਗਰੋਂ ਆਜ਼ਾਦ ਹੋਏ ਨੇ ਅਤੇ ਉਹ ਗੋਲਡਾਂ ਦੀਆਂ ਝੋਲੀਆਂ ਭਰ ਕੇ ਲੈ ਗਏ ਨੇ। ਅਤੇ ਸਾਡਾ ਦੇਸ਼ ਪਹਿਲਾਂ ਕੋਈ ਤਿਆਰੀ ਤੁਰੀ ਨਹੀਂ ਕਰਦਾ, ਨਾ ਕੋਈ ਖਿਡਾਰੀਆਂ ਨੂੰ ਸਹੂਲਤ ਦਿੰਦਾ, ਨਾ ਖਿਡਾਰੀਆਂ ਨੂੰ ਪੁੱਛਦੇ ਨੇ, ਨਾ ਵੇਖਦੇ ਨੇ ਕੌਣ ਖਿਡਾਰੀ ਕਿੱਥੇ ਹੈ, ਕੀ ਕਰਦੇ ਨੇ, ਕੀ ਨਹੀਂ। ਇੱਕ ਸਿਰਫ ਕ੍ਰਿਕਟ ਦਾ ਬੁਖਾਰ ਹੀ ਚੜਿਆ ਵਾ ਸਾਰੇ ਮੁਲਕ 'ਚ, ਕ੍ਰਿਕਟ 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 ਕਰੀ ਜਾਂਦੇ ਆ। ਬੈਲਜੀਅਮ ਦੀ ਵੀ ਟੀਮ ਹਾਕੀ ਜਿੱਤ ਕੇ ਲਗਾਈ ਹੈ, ਉੱਥੇ 32 ਸਾਲ ਹਾਕੀ ਕੁਆਲੀਫਾਈ ਨਹੀਂ ਕਰ ਸਕੀ ਉੱਥੋਂ ਦੀ, ਫਿਰ ਉਹਨਾਂ ਨੇ ਜਿਹੜੀ ਫੈਡਰੇਸ਼ਨ ਸੀ ਉਹ ਬਦਲਤੀ। ਸਾਡੇ ਚਿੰਬੜੇ ਬੈਠੇ ਨੇ ਬੜਾ ਲੰਬਾ ਲੰਬਾ ਚਿਰ ਦੇ ਫੈਡਰੇਸ਼ਨ, ਜਿਹੜੀ ਫੈਡਰੇਸ਼ਨ ਕੋਈ ਰਿਜ਼ਲਟ ਹੀ ਨਹੀਂ ਦਿੰਦੀ ਅਤੇ ਉਹਦੇ ਪ੍ਰਧਾਨਾਂ ਨੂੰ ਲਾ ਕੇ ਪਰੇ ਮਾਰੋ। ਮੈਂ ਧੰਨਵਾਦ ਕਰਦਾ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ, ਜਿਹਨੇ ਟੀਮ ਦੀ ਹੌਸਲਾ ਅਫਜ਼ਾਈ ਕੀਤੀ, ਟੀਮ ਦੀ ਮਦਦ ਕੀਤੀ, ਟੀਮ ਦੀਆਂ ਤਿਆਰੀਆਂ ਕਰਾਈਆਂ। ਡਿਊਟੀ ਸਾਡੀ ਬਣਦੀ ਸੀ ਕਿਉਂਕਿ ਅੱਧੋਂ ਤੋਂ ਵੱਧ ਖਿਡਾਰੀ ਪੰਜਾਬ ਦੇ ਆ, ਜਿਹੜੇ ਚਿਮਟੇ ਬੈਠੇ ਆ ਲੰਬੇ ਸਮੇਂ ਤੋਂ ਸਾਰੇ ਪਾਸੇ ਕਰ ਦਿਓ, ਕੋਈ ਲੋੜ ਨਹੀਂ ਇਹਨਾਂ ਦੀ, ਆਖਰ ਰਿਜ਼ਲਟ ਦਿਓ, ਨਹੀਂ ਭਾਜੋ ਇੱਥੇ ਕੀ ਕਰਨਾ, ਐਵੇਂ ਕੁਰਸੀਆਂ 'ਤੇ ਬੈਠੇ ਰਹਿਣਾ ਚਿਮਟ ਕੇ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਓਲੰਪਿਕ ਖੇਡਾਂ 2020 ਹੋ ਕੇ ਹਟੀਆਂ ਨੇ, ਜਿਨ੍ਹਾਂ ਦੇ ਵਿੱਚ ਬੜੀਆਂ ਬੜੀਆਂ ਦੇਸ਼ਾਂ ਨੇ ਮੱਲਾਂ ਮਾਰੀਆਂ ਨੇ, ਸਾਡੇ ਦੇਸ਼ ਦੇ ਵੀ ਹੋਣਹਾਰ ਖਿਡਾਰੀਆਂ ਨੇ 7 ਜਿਹੜੇ ਮੈਡਲ ਆ ਉਹ ਵੱਖ ਵੱਖ ਖੇਤਰਾਂ ਦੇ ਵਿੱਚ ਲੈ ਕੇ ਆਉਂਦੇ ਨੇ। ਮੈਂ ਉਹਨਾਂ ਸਾਰੇ ਖਿਡਾਰੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਅਤੇ ਉਹਨਾਂ ਦੀ ਮਿਹਨਤ ਦੀ ਦਾਤ ਦਿੰਦਾ ਕਿ ਉਹਨਾਂ ਨੇ ਬਿਨਾਂ ਕਿਸੇ ਸਰਕਾਰੀ ਬਹੁਤੀਆਂ ਮਦਦਾਂ ਤੋਂ ਰੁੱਖੀ ਸੁੱਖੀ ਰੋਟੀ ਖਾ ਕੇ ਕਿਸਾਨ ਅਤੇ ਮਜ਼ਦੂਰ ਪਰਿਵਾਰਾਂ ਦੇ ਵਿੱਚ ਪੈਦਾ ਹੋ ਕੇ ਦੇਸ਼ ਲਈ ਗੋਲਡ, ਚਾਂਦੀ, ਤਾਂਬੇ ਦੇ ਜਿਹੜੇ ਤਗਮੇ ਆ ਉਹ ਜਿੱਤ ਕੇ ਲੈ ਕੇ ਆਉਂਦੇ ਨੇ। ਇਹਦੇ ਲਈ ਉਹ ਵਧਾਈ ਦੇ ਪਾਤਰ ਨੇ, ਉਹਨਾਂ ਦੇ ਮਾਂ ਪਿਓ ਵਧਾਈ ਦੇ ਪਾਤਰ ਨੇ, ਉਹਨਾਂ ਨੂੰ ਸਿਖਾਉਣ ਵਾਲੇ ਕੋਚ ਵਧਾਈ ਦੇ ਪਾਤਰ ਨੇ, ਜਿਨ੍ਹਾਂ ਨੇ ਇੰਨੀਆਂ ਮਾੜੀਆਂ ਸਥਿਤੀਆਂ ਦੇ ਬਾਵਜੂਦ ਵੀ ਦੇਸ਼ ਦੇ ਲਈ 7 ਜਿਹੜੇ ਗੋਲਡ ਆ ਉਹ ਲੈ ਕੇ ਆਉਂਦੇ ਨੇ। ਮੈਨੂੰ ਇਹ ਗੱਲਾਂ ਤਾਂ ਕਹਿਣੀਆਂ ਪੈਂਦੀਆਂ ਕਿ ਸਾਡਾ ਦੇਸ਼ ਨੂੰ ਆਜ਼ਾਦ ਹੋਏ ਨੂੰ 73-74 ਸਾਲ ਹੋ ਗਏ, ਚਾਈਨਾ ਸਾਥੋਂ ਮਗਰੋਂ ਆਜ਼ਾਦ ਹੋਇਆ, ਹੋਰ ਕਈ ਦੇਸ਼ ਹੈ ਛੋਟੇ ਛੋਟੇ ਜਿਵੇਂ ਹੀ, ਉਹ ਵੀ ਸਾਥੋਂ ਮਗਰੋਂ ਆਜ਼ਾਦ ਹੋਏ ਨੇ ਅਤੇ ਉਹ ਗੋਲਡਾਂ ਦੀਆਂ ਝੋਲੀਆਂ ਭਰ ਕੇ ਲੈ ਗਏ ਨੇ, ਚਾਈਨਾ ਝੋਲੀਆਂ ਭਰ ਕੇ ਲੈ ਗਿਆ, ਹੋਰ ਛੋਟੇ ਛੋਟੇ ਮੁਲਕ ਕਈ ਕਈ ਗੋਲਡ ਲੈ ਗਏ ਨੇ। ਅਤੇ ਸਾਡਾ ਦੇਸ਼ ਪਹਿਲਾਂ ਕੋਈ ਤਿਆਰੀ ਤੁਰੀ ਨਹੀਂ ਕਰਦਾ, ਨਾ ਕੋਈ ਖਿਡਾਰੀਆਂ ਨੂੰ ਸਹੂਲਤ ਦਿੰਦਾ, ਨਾ ਖਿਡਾਰੀਆਂ ਨੂੰ ਪੁੱਛਦੇ ਨੇ, ਨਾ ਵੇਖਦੇ ਨੇ ਕੌਣ ਖਿਡਾਰੀ ਕਿੱਥੇ ਹੈ, ਕੀ ਕਰਦੇ ਨੇ, ਕੀ ਨਹੀਂ। ਇੱਕ ਸਿਰਫ ਕ੍ਰਿਕਟ ਦਾ ਬੁਖਾਰ ਹੀ ਚੜਿਆ ਵਾ ਸਾਰੇ ਮੁਲਕ 'ਚ, ਕ੍ਰਿਕਟ 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 ਕਰੀ ਜਾਂਦੇ ਆ। ਇਹ ਥੋੜ੍ਹੇ ਜਿਹੇ ਬੰਦਿਆਂ ਦੀ ਖੇਡ ਹੈ, ਅਮੀਰ ਲੋਕਾਂ ਦੀ, ਇਹਦੇ 'ਤੇ ਸਾਰਾ ਦੇਸ਼ ਲੱਗਿਆ ਵਾ। ਮੈਂ ਨਹੀਂ ਕਹਿੰਦਾ ਖੇਡੋ ਕ੍ਰਿਕਟ, ਪਰ ਕ੍ਰਿਕਟ ਦੇ ਮੁੱਲ 'ਤੇ ਦੂਜੀਆਂ ਗੇਮਾਂ ਨੂੰ ਬਿਲਕੁਲ ਮਾਰੋ ਨਾ, ਤੁਸੀਂ ਦੂਜੀਆਂ ਗੇਮਾਂ ਨੂੰ ਬਿਲਕੁਲ ਦੇਸ਼ ਨਿਕਾਲਾ ਦੇ ਛੱਡਿਆ। ਨਾ ਉਹਦਾ ਐਡਵਰਟਾਈਜ਼ ਹੁੰਦੀ ਹੈ, ਨਾ ਉਹਦਾ ਕੋਈ ਟੀ ਵੀ 'ਤੇ ਆਉਂਦਾ, ਨਾ ਉਹਦਾ ਅਖਬਾਰਾਂ 'ਚ ਆਉਂਦਾ, ਕਿਸੇ ਉਹਨਾਂ ਦੇ ਮੈਚ ਮੂਚ ਆਉਂਦੇ ਹੀ ਨਹੀਂ ਕਿਤੇ। ਅਤੇ ਕ੍ਰਿਕਟ ਉਹ ਵੀ ਮੈਚ ਹੋਈ ਜਾਂਦਾ, ਉਹ ਵੀ ਸਾਰੀ ਦੇਰੀ ਟੀ ਵੀ ਚਲੀ ਜਾਂਦੇ, ਕ੍ਰਿਕਟ ਕ੍ਰਿਕਟ ਕ੍ਰਿਕਟ। ਸੋ ਜੇ ਤੁਸੀਂ ਦੇਸ਼ ਨੂੰ ਚਾਹੁੰਦੇ ਹੋ ਕਿ ਸਾਡੇ ਦੇਸ਼ ਦੇ ਨੌਜਵਾਨ ਹੋਣਹਾਰ ਬੱਚੇ, ਇਹ ਗੱਲ ਮੈਂ ਬੜੇ ਮਾਣ ਨਾਲ ਕਹਿ ਸਕਦਾ ਕਿ ਸਾਡੇ ਦੇਸ਼ ਦੇ ਨੌਜਵਾਨਾਂ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੈ। ਜੇ ਯਾਰ ਸੁੱਕੇ ਹੱਡੀ ਇਹ ਰੁੱਖੀ ਮਿੱਸੀਆਂ ਰੋਟੀਆਂ ਖਾ ਕੇ ਗੋਲਡ ਜਾਂ ਤਾਂਬੇ ਦੇ ਜਾਂ ਚਾਂਦੀ ਦੇ ਤਗਮੇ ਲਿਆ ਸਕਦੇ ਹੈ, ਅਤੇ ਜੇ ਕਿਤੇ ਇਹਨਾਂ ਨੂੰ ਪਲਾ ਘਿਓ ਦਾ ਪਾ ਦਿੱਤਾ ਜਾਵੇ, ਮੈਂ ਕਹਿੰਦਾ ਫੱਟੇ ਚੱਕ ਦੇਣਗੇ। ਪਰ ਉੱਧਰ ਤਾਂ ਸਾਡੀ ਨਿਗਾਹ ਹੀ ਹੈ ਨਹੀਂ ਗੀ, ਉਸ ਪਾਸੇ ਤਾਂ ਤਿਆਰੀ ਨਹੀਂ ਕੀਤੀ ਜਾਂਦੀ। ਖੇਡਾਂ ਦੀਆਂ ਤਿਆਰੀਆਂ ਕਈ ਕਈ ਸਾਲ ਪਹਿਲਾਂ ਹੋ ਜਾਂਦੀਆਂ ਨੇ। ਤੁਸੀਂ ਵੇਖ ਲਓ ਵੀ ਸਾਡੀਆਂ ਹਾਕੀ ਦੀ ਜਿਹੜੀ ਹੈਗੀ ਆ, ਉੱਥੋਂ ਦੀ ਜਿਹੜਾ ਜਿੱਤ ਕੇ ਗਏ ਆ ਗੋਲਡ ਆਪਣੇ, ਮੈਂ ਆ ਨਹੀਂ ਆਉਂਦਾ ਬੜੇ ਮੂੰਹ ਦੀ ਫਿਰਦਾ, ਬੈਲਜੀਅਮ ਦੀ ਵੀ ਟੀਮ ਹਾਕੀ ਜਿੱਤ ਕੇ ਲਗਾਈ ਹੈ, ਉੱਥੇ 32 ਸਾਲ ਹਾਕੀ ਕੁਆਲੀਫਾਈ ਨਹੀਂ ਕਰ ਸਕੀ ਉੱਥੋਂ ਦੀ, ਫਿਰ ਉਹਨਾਂ ਨੇ ਜਿਹੜੀ ਫੈਡਰੇਸ਼ਨ ਸੀ ਉਹ ਬਦਲਤੀ। ਜਿਹੜਾ ਬੰਦਾ ਪ੍ਰਧਾਨ ਬਣਿਆ ਫੈਡਰੇਸ਼ਨ ਦਾ, ਉਹਨੇ ਵਾਅਦਾ ਕਰ ਲਿਆ ਕਿ ਤੁਸੀਂ ਵੇਖੋਗੇ ਥੋੜ੍ਹੇ ਸਾਲਾਂ 'ਚ ਮੈਂ 3 ਗੋਲਡ ਜਿਹੜੇ ਵੱਡੇ ਨੇ, ਵਿਸ਼ਵ ਕੱਪ ਹੈ, ਯੂਰਪੀ ਕੱਪ ਹੈ, ਅਤੇ ਓਲੰਪਿਕ ਖੇਡਾਂ ਦੀ ਜਿਹੜੇ ਹੈਗਾ ਗੋਲਡ ਹੈ, ਉਹ ਹਾਕੀ ਦਾ ਬੈਲਜੀਅਮ ਕੋਲ ਹੋਏਗਾ। ਅਤੇ ਅੱਜ ਉਹਨੇ ਆਪਦੀ ਗੱਲ ਪੂਰੀ ਕਰਕੇ ਵਿਖਾਤੀ। ਸਾਡੇ ਚਿੰਬੜੇ ਬੈਠੇ ਨੇ ਬੜਾ ਲੰਬਾ ਲੰਬਾ ਚਿਰ ਦੇ ਫੈਡਰੇਸ਼ਨ, ਜਿਹੜੀ ਫੈਡਰੇਸ਼ਨ ਕੋਈ ਰਿਜ਼ਲਟ ਹੀ ਨਹੀਂ ਦਿੰਦੀ ਅਤੇ ਉਹਦੇ ਪ੍ਰਧਾਨਾਂ ਨੂੰ ਲਾ ਕੇ ਪਰੇ ਮਾਰੋ, ਨਵੇਂ ਨੂੰ ਟਾਈਮ ਦੇ ਦਿਓ, ਕਿਉਂ ਨਹੀਂ ਕਰਦੇ ਤੁਸੀਂ ਇਹੋ ਜਿਹਾ। ਸੋ ਇਸ ਕਰਕੇ ਮੋਦੀ ਸਾਹਿਬ, ਮੈਂ ਤੁਹਾਡਾ ਧੰਨਵਾਦੀ ਹਾਂ, ਤੁਸੀਂ ਖਿਡਾਰੀਆਂ ਨੂੰ ਜਾਣ ਲੱਗਿਆਂ ਨੂੰ ਵੀ ਹਲਾਸ਼ੇਰੀ ਦਿੱਤੀ, ਤੁਸੀਂ ਖਿਡਾਰੀਆਂ ਨੂੰ ਉੱਥੇ ਵੀ ਹਲਾਸ਼ੇਰੀ ਦਿੰਦੇ ਰਹੇ, ਜਿੱਤਣ ਵਾਲਿਆਂ ਨਾਲ ਵੀ ਗੱਲ ਕੀਤੀ, ਆਇਆਂ ਨੂੰ ਵੀ ਚੰਗਾ ਮਾਨਤਾਨ ਕੀਤਾ, ਉਹਦੇ ਲਈ ਮੈਂ ਤੁਹਾਡਾ। ਪਰ ਇਹ ਇੰਨੇ ਕੁ ਨਾਲ ਗੱਲ ਨਹੀਂ ਬਣਦੀ ਕਿ ਤੁਸੀਂ ਮੌਕੇ 'ਤੇ ਖਿਡਾਰੀਆਂ ਨੂੰ ਹਲਾਸ਼ੇਰੀ ਵੀ ਦਿਓ, ਉੱਥੇ ਵੀ ਕਹਿ ਦਿਓ ਰੋਟੀ ਪਾਣੀ ਚੰਗਾ ਖਵਾਓ। ਉਸ ਉੱਥੇ ਵਾਲੇ ਪਰੌਂਠੇ ਖਾਧਿਆਂ ਨਾਲ ਥੋੜ੍ਹੋ ਖਿਡਾਰੀ ਗੋਲਡ ਜਿੱਤਣਗੇ, ਇਹ ਤਾਂ ਪਹਿਲਾਂ 4 ਸਾਲ ਖੋਣੇ ਪੈਣਗੇ, ਫਿਰ ਤੁਹਾਨੂੰ ਗੋਲਡ ਇਹ ਲਿਆ ਕੇ ਦੇਣਗੇ। ਜੇ ਆਸਟ੍ਰੇਲੀਆ ਦੀ, ਨਿੱਕਾ ਜਿਹਾ ਦੇਸ਼ ਹੈ ਆਸਟ੍ਰੇਲੀਆ, 1.5 ਕਰੋੜ ਸਾਰੀ ਆਬਾਦੀ ਹੈ, ਇੱਕ ਕੁੜੀ 7 ਤਗਮੇ ਲਿਜਾ ਸਕਦੀ ਹੈ, ਜਿਹਦੇ 'ਚੋਂ 4 ਗੋਲਡ ਨੇ,
ਤੁਹਾਡੇ ਕੋਲ ਕਿਉਂ ਨਹੀਂ ਹੈ ਇਹੋ ਜਿਹੇ ਬੱਚੇ ਵੀ ਤੁਹਾਡੇ ਕਿਉਂ ਨਹੀਂ ਲਿਆ ਸਕਦੇ ਸੋ ਐਵੇਂ ਆਪਾਂ ਜਿੰਨੀਆਂ ਮਰਜ਼ੀ ਪੁੱਠੀਆਂ ਛਾਲਾਂ ਲਾਈ ਜਾਓ ਕੋਈ ਬਹੁਤੀ ਪ੍ਰਾਪਤੀ ਨਹੀਂ ਹੈਗੀ ਵੱਡੀ ਇਹ ਜਿਹੜੀ ਆਪਾਂ ਕਰੀ ਜਾਂਦੇ ਹਾਂ ਜਿਹੜੀ ਇਹ ਕੋਈ ਐਡੀ ਵੱਡੀ ਸਾਡੇ ਐਡੇ ਵੱਡੇ ਦੇਸ਼ ਵਾਸਤੇ ਇਹ ਕੋਈ ਜ਼ਿਆਦਾ ਵੱਡੀ ਪ੍ਰਾਪਤੀ ਨਹੀਂ ਜੇ ਤੁਸੀਂ ਪਿਛਲਾ ਰਿਕਾਰਡ ਕੱਢੋ ਜਦੋਂ ਅਸੀਂ ਗੁਲਾਮ ਸੀ ਅੰਗਰੇਜ਼ਾਂ ਦੇ ਅਤੇ ਉਦੋਂ ਸਗਾਂ ਤਗਮੇ ਇਦੋਂ ਜ਼ਿਆਦਾ ਆਉਂਦੇ ਹੁੰਦੇ ਸੀਗੇ ਉਦੋਂ ਜ਼ਿਆਦਾ ਤਗਮੇ ਆਉਂਦੇ ਸੀ ਨਾਲ ਵਿਦੇਸ਼ੀ ਹਕੂਮਤ ਸੀ ਹੁਣ ਤਾਂ ਆਪਣੀ ਹਕੂਮਤ ਹੈ ਕੋਈ ਖੇਡਾਂ ਵਾਸਤੇ ਚੰਗਾ ਫੰਡ ਤਿਆਰ ਕਰੋ ਵੱਡਾ ਅਤੇ ਸਾਰਾ ਸਾਲ ਤਿਆਰੀਆਂ ਕਰਦੇ ਲਗਾਤਾਰ ਤਿਆਰੀਆਂ ਕਰਦੇ ਰਹੋ ਚਾਰੇ ਸਾਲ ਹੀ ਉਸ ਗੇਮ 'ਚ ਜਿੱਥੇ ਪਹਿਲਾਂ ਲੈ ਕੇ ਜਾਣੇ ਆ ਪੂਰੇ ਬੱਚਿਆਂ ਨੂੰ ਫੰਡ ਦਿਓ ਪੂਰਾ ਉਹਨਾਂ ਦਾ ਭਵਿੱਖ ਸੁਰੱਖਿਅਤ ਕਰੋ ਉਹਨਾਂ ਨੂੰ ਨੌਕਰੀਆਂ ਸੁਰੱਖਿਅਤ ਕਰੋ ਉਹਨਾਂ ਨੂੰ ਚੰਗੇ ਚੰਗੇ ਫੰਡ ਦਿਓ ਜਿਹੜੇ ਜਿੱਤੇ ਆਏ ਉਹਨਾਂ ਨੂੰ ਤੁਸੀਂ ਦੇ ਦੇ ਅਤੇ ਜਿਹੜੇ ਨਹੀਂ ਜਿੱਤ ਗਏ ਵਿਚਾਰੇ ਨੇੜੇ ਰਹਿ ਗਏ ਕੋਈ ਜਿਹੜੇ ਚੌਥੇ ਨੰਬਰ 'ਤੇ ਰਹੇ ਆ ਜਾਂ ਪੰਜਵੇਂ ਨੰਬਰ 'ਤੇ ਰਹੇ ਆ ਮੈਂ ਕਹਿੰਦਾ ਜੇ ਤੁਹਾਡੀ ਮਦਦ ਕੀਤੀ ਹੁੰਦੀ ਜੇ ਉਹਨਾਂ ਨੂੰ ਘਿਓ ਦਾ ਪਲਾ ਪਾਇਆ ਹੁੰਦਾ ਤਾਂ ਉਹ ਵੀ ਗੋਲਡ ਲੈ ਕੇ ਆਉਂਦੇ ਜਾਂ ਚਾਂਦੀ ਦਾ ਲੈ ਕੇ ਆਉਂਦੇ ਜਾਂ ਤਾਂਬੇ ਦਾ ਲੈ ਕੇ ਉਹ ਲਾਜ਼ਮੀ ਲੈ ਕੇ ਆਉਂਦੇ ਉਹ ਤੁਹਾਡੀ ਸਰਕਾਰਾਂ ਦੀ ਨਲਾਇਕੀ ਮੈਂ ਨਹੀਂ ਕਹਿੰਦਾ ਹੁਣ ਵਾਲੀ ਪਿਛਲੀ ਦਾ ਇਦੋਂ ਵੀ ਮਾੜਾ ਹਾਲ ਸੀ ਕਾਂਗਰਸ ਸਰਕਾਰ ਦਾ ਅਤੇ ਚੰਗਾ ਤੁਹਾਡਾ ਵੀ ਨਹੀਂ ਹੈਗਾ ਉਹ ਤੁਸੀਂ ਖੇਡਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਮੈਂ ਹਾਕੀ ਖਾਸ ਕਰਕੇ ਗੋਲਡ ਲੈ ਕੇ ਆਇਆ ਮੁੰਡਾ ਹਰਿਆਣੇ ਦਾ ਜੈਵਲਿਨ ਥਰੋ ਦੇ ਵਿੱਚ ਬੜੀ ਕਮਾਲ ਦੀ ਉਹਨੇ ਮੈਂ ਸਿੱਟੀ ਜਿੱਦਣ ਪਹਿਲੇ ਦਿਨ ਗੋਲਡ ਸਿੱਟਿਆ ਜੈਵਲਿਨ ਮੈਂ ਉਦੋਂ ਹੀ ਕਹਿ ਦਿੱਤਾ ਸੀ ਇਹ ਮੁੰਡਾ ਗੋਲਡ ਲੈ ਕੇ ਜਾਊਗਾ ਸਾਰੇ ਬੰਦਿਆਂ 'ਚ ਬੈਠਿਆ ਨੇ ਸੋ ਗੋਲਡ ਲੈ ਆਇਆ ਹਾਕੀ ਸਾਡੀ ਮਾਂ ਖੇਡ ਆ ਸਾਰਿਆਂ ਦੀ ਬੜਾ ਚਾਅ ਹੁੰਦਾ ਲੋਕਾਂ ਨੂੰ ਮੈਨੂੰ ਦੁੱਖ ਹੈ ਪੰਜਾਬ ਸਰਕਾਰ ਦੇ ਉੱਤੇ ਵੀ ਪੰਜਾਬ ਸਰਕਾਰ ਨੇ ਵੀ ਹਾਕੀ ਦੇ ਖਿਡਾਰੀਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਮੈਂ ਧੰਨਵਾਦ ਕਰਦਾ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਜਿਹਨੇ ਟੀਮ ਦੀ ਹੌਸਲਾ ਅਫਜ਼ਾਈ ਕੀਤੀ ਟੀਮ ਦੀ ਮਦਦ ਕੀਤੀ ਟੀਮ ਦੀਆਂ ਤਿਆਰੀਆਂ ਕਰਾਈਆਂ ਡਿਊਟੀ ਸਾਡੀ ਬਣਦੀ ਸੀ ਕਿਉਂਕਿ ਇਦੋਂ ਤੋਂ ਵੱਧ ਖਿਡਾਰੀ ਪੰਜਾਬ ਦੇ ਹੈ ਅਤੇ ਮੈਂ ਕਹਿੰਦਾ ਇੱਥੇ ਸਾਡੇ ਮੁੱਖ ਮੰਤਰੀ ਨੇ ਵੀ ਨਲੇਕੀ ਕੀਤੀ ਹੈ ਇਹਨੇ ਖਿਡਾਰੀਆਂ ਵੱਲ ਧਿਆਨ ਨਹੀਂ ਦਿੱਤਾ ਇਸ ਜਿਹੜਾ ਧਿਆਨ ਸਾਨੂੰ ਦੇਣਾ ਚਾਹੀਦਾ ਸੀ ਉੜੀਸਾ ਦੇ ਮੁੱਖ ਮੰਤਰੀ ਨੇ ਦਿੱਤਾ ਮੈਂ ਉਹਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਮੈਂ ਫਿਰ ਕਹਿੰਦਾ ਕਿ ਜਿਹੜੀਆਂ ਮਾੜੀਆਂ ਫੈਡਰੇਸ਼ਨਾਂ ਨੇ ਮਾੜੇ ਪ੍ਰਬੰਧਕ ਨੇ ਉਹਨਾਂ ਨੂੰ ਪਾਸੇ ਕਰ ਦਿਓ ਖੁੱਲ੍ਹੇ ਫੰਡ ਖੇਡਾਂ ਵਾਸਤੇ ਕੱਢੋ ਕ੍ਰਿਕਟ ਵਾਲਿਆਂ ਕੋਲ ਬਹੁਤ ਪੈਸਾ ਪਿਆ ਅਰਬਾਂ ਖਰਬਾਂ ਪਿਆ ਇੰਨਾ ਕੀ ਕਰਨਾ ਉਹਨਾਂ ਨੇ ਇਕੱਠਾ ਕਰੀਏ ਉਹਨਾਂ ਨੂੰ ਕਰੋੜਾਪਤੀ ਅਰਬਾਂਪਤੀ ਬਣਾਈ ਜਾਂਦੇ ਆ ਅਤੇ ਉਹਨਾਂ 'ਚੋਂ 50% ਫੰਡ ਇਹਦੇ ਖੇਡਾਂ ਵਾਸਤੇ ਕੱਢ ਲਓ ਸਾਡੇ ਦੇਸ਼ ਦੀ ਹੈ ਕ੍ਰਿਕਟ ਵੀ ਉਹਨਾਂ 'ਤੇ ਲਾ ਦਿਓ ਉਸ ਗੱਲ ਦਾ ਸੋ ਜੇ ਦੇਸ਼ ਨੂੰ ਜੇ ਭੇਜਣੇ ਆ ਖਿਡਾਰੀ ਤਾਂ ਫਿਰ ਕੋਈ ਚੰਗੇ ਤਿਆਰ ਕਰਕੇ ਭੇਜੋ ਵਧੀਆ ਐਵੇਂ ਮੌਕੇ 'ਤੇ ਆ ਕੇ ਤੁੱਥ ਮੁੱਥ ਕਰਕੇ ਤੁਸੀਂ ਜਿਹੜਾ ਕੰਮ ਕਰਦੇ ਆ ਇਹ ਨਹੀਂ ਚੰਗਾ ਹੁਣ 3 ਸਾਲ ਰਹਿ ਗਏ ਨੇ ਓਲੰਪਿਕ ਖੇਡਾਂ ਦੇ ਵਿੱਚ 24 ਦੇ ਵਿੱਚ ਹੋਣੀਆਂ ਨੇ ਦੁਬਾਰਾ ਅਤੇ ਹੁਣੇ ਤੋਂ ਕਰੋਗੇ ਤਿਆਰੀ ਕਰਦੇ ਸ਼ੁਰੂ ਹੁਣ ਤੁਸੀਂ ਭੁੱਲ ਜਾਓਗੇ ਜਦੋਂ 3 ਕੁ ਮਹੀਨੇ ਰਹਿ ਗਏ ਉਦੋਂ ਇਕੱਠੇ ਕਰੋਗੇ ਉਦੋਂ ਫਿਰ ਚੰਗੇ ਰਿਜ਼ਲਟਾਂ ਦੀ ਆਸ ਨਾ ਰੱਖੋ ਸਾਡਾ ਦੇਸ਼ ਮਹਾਨ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਇਹ ਧਰਤੀ ਹੈ ਜੇ ਜਾਣਾ ਹੈ ਤਾਂ ਫਿਰ ਚੰਗੇ ਰਿਜ਼ਲਟ ਲੈ ਕੇ ਆਓ ਨਹੀਂ ਤਾਂ ਫਿਰ ਨਾ ਜਾਓ ਉਦੋਂ ਤਾਂ ਉਦੋਂ ਵਧੀਆ ਵੀ ਨਾ ਜਾਓ ਤਾਂ ਚੰਗਾ ਸੋ ਇਸ ਕਰਕੇ ਖੇਡਾਂ ਬੜੀਆਂ ਜ਼ਰੂਰੀ ਨੇ ਖੇਡਾਂ ਸਾਡੇ ਨੌਜਵਾਨਾਂ ਨੂੰ ਖੇਡਾਂ ਵੱਲ ਲਾਉਣਾ ਜ਼ਰੂਰੀ ਹੈ ਸਾਰੀਆਂ ਬਿਮਾਰੀਆਂ ਤੋਂ ਖੇਡਾਂ ਛੁੱਟਦਾ ਜੇ ਨੌਜਵਾਨ ਸਾਰੇ ਖੇਡਾਂ 'ਚ ਲੱਗ ਜਾਣ ਚੀਨ ਵਾਂਗੂ ਪਿੰਡ ਪਿੰਡ 'ਚ ਲਾਓ ਘਰ ਘਰ 'ਚ ਲਾਓ ਪ੍ਰਾਇਮਰੀ ਸਕੂਲ ਤੋਂ ਸ਼ੁਰੂ ਕਰੋ ਤਾਂ ਇਹ ਤੁਹਾਡੀ ਖੇਡਾਂ ਦੀ ਗੱਲ ਸਾਡੇ ਤਾਂ ਸਕੂਲ ਪੰਜਾਬ ਸਭ ਤੋਂ ਬੈਟਰ ਸਥਿਤੀ 'ਚ ਪੰਜਾਬ ਅਤੇ ਹਰਿਆਣਾ ਖੇਡਾਂ ਦੇ ਮਾਮਲੇ ਵਿੱਚ ਇੱਥੇ ਵੀ 19 ਸਟੇਡੀਅਮ ਹੈ ਨਹੀਂ ਇੱਥੇ ਵੀ 19 ਤਿਆਰੀ ਵਾਲੀ ਗੱਲ ਹੈ ਨਹੀਂ ਅਤੇ ਬਾਕੀ ਸੂਬਿਆਂ ਦਾ ਤਾਂ ਪਤਾ ਹੀ ਹੈ ਫਿਰ ਕੀ ਹਾਲ ਹੋਏਗਾ ਸੋ ਇਸ ਕਰਕੇ ਹੁਣੇ ਤੋਂ ਸਾਰਾ ਜੇ ਤਾਂ ਕਰਨਾ ਹੈ ਤਾਂ ਹੁਣੇ ਤੋਂ ਤਿਆਰੀਆਂ ਕਰੋ ਚੰਗੇ ਬੰਦਿਆਂ ਨੂੰ ਜ਼ਿੰਮੇਵਾਰੀਆਂ ਦਿਓ ਮੈਂ ਵੈਸੇ ਮੇਰੀ ਸਿੱਖ ਹੀ ਨਾ ਸਮਝਿਓ ਮੈਂ ਕੋਈ ਮੈਨੂੰ ਖੇਡਾਂ ਨਾਲ ਪਿਆਰ ਆ ਖੇਡਾਂ ਨਾਲ ਲਗਾਓ ਮੈਂ ਤਾਂ ਕਹਿੰਦਾ ਲੈ ਇਦੋਂ ਤਾਂ ਤੁਸੀਂ ਮੈਨੂੰ ਫੜਾਓ 4 ਸਾਲ ਵਾਸਤੇ ਜੇ 5 ਗੋਲਡ ਨਾ ਆਏ 5 ਚਾਂਦੀ ਦੇ ਤਗਮੇ ਨਾ ਆਏ 5 ਬਰੋਨ ਨਾ ਆਏ ਤਾਂ ਮੈਨੂੰ ਭਾਵੇਂ ਗੋਲੀ ਮਾਰ ਦਿਓ ਪਰ ਮੈਂ ਨਹੀਂ ਕਹਿੰਦਾ ਤੁਸੀਂ ਹੋਰ ਬੜੇ ਚੰਗੇ ਬੰਦੇ ਹੈਗੇ ਨੇ ਬੜੇ ਲਾਇਕ ਸਾਡੇ ਕੋਚ ਹੈਗੇ ਨੇ ਬੜੇ ਲਾਇਕ ਪ੍ਰਬੰਧਕ ਹੈਗੇ ਨੇ ਉਹਨਾਂ ਨੂੰ ਸੰਭਾਓ ਟੀਮਾਂ ਤਾਂ ਕਿ ਉਹਨਾਂ ਤੋਂ ਰਿਜ਼ਲਟ ਮੰਗੋ ਜੇ ਰਿਜ਼ਲਟ ਨਹੀਂ ਦਿੰਦੇ ਫਿਰ ਨਹੀਂ ਹੈਗੇ ਐਵੇਂ ਚਿਮਟੇ ਰਹਿਣ ਦਾ ਕੀ ਫਾਇਦਾ ਜੇ ਰਿਜ਼ਲਟ ਹੀ ਨਹੀਂ ਦੇਣਾ ਤਾਂ ਸੋ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ 8-10 ਗੋਲਡ ਸਾਡੇ ਵਾਸਤੇ ਕੋਈ ਐਡੀ ਗੱਲ ਨਹੀਂ ਜੇ ਆਸਟ੍ਰੇਲੀਆ ਦੀ ਇੱਕ ਕੁੜੀ 7 ਗੋਲਡ ਤਗਮੇ ਲਿਜਾ ਸਕਦੀ ਹੈ ਜਿਹਨਾਂ 4 ਗੋਲਡ ਨੇ ਅਤੇ ਸਾਡੇ ਦੇਸ਼ ਦੇ ਵਿੱਚ ਕੋਈ ਉਦੋਂ ਕਮਜ਼ੋਰ ਨਹੀਂ ਖਿਡਾਰੀ ਬਹੁਤ ਤਕੜੇ ਖਿਡਾਰੀ ਨੇ ਸਾਡੇ ਬਹੁਤ ਜੁੱਸੇ ਇਹਨਾਂ ਦੇ ਤਕੜੇ ਨੇ ਬੜੇ ਤਕੜੇ ਮੱਲ ਇੰਗਲੈਂਡ 'ਚ ਘੋਲ ਕੇ ਤਗਮੇ ਜਿੱਤ ਕੇ ਲੈ ਕੇ ਆਉਂਦੇ ਨੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਅਤੇ ਹੁਣ ਤੁਸੀਂ ਬਿਲਕੁਲ ਹੀ ਥੱਲੇ ਦੇਸ਼ ਨੂੰ ਕਹਿ ਸਾਲ ਹੋ ਗਏ ਉਹੀ ਝਾਕੀ ਜਾਂਦੇ ਹਾਂ 44 ਸਾਲਾਂ ਬਾਅਦ ਅਸੀਂ ਗਏ ਹਾਂ ਜੀ ਸੈਮੀਫਾਈਨਲ ਦੇ ਵਿੱਚ ਗਏ ਹਾਂ ਜੀ ਤਗਮਾ ਲਿਆਂਦਾ ਜੀ ਇਹ ਫਿਰ ਸਾਡੇ ਵਾਸਤੇ ਸਾਰਿਆਂ ਵਾਸਤੇ ਇੰਨੇ ਸਾਲ ਅਸੀਂ ਕੀ ਕਰਦੇ ਰਹੇ ਸ਼ਰਮ ਵਾਲੀ ਗੱਲ ਹੀ ਹੈ ਨਾ ਸੋ ਇਸ ਕਰਕੇ ਪ੍ਰਧਾਨ ਮੰਤਰੀ ਜੀ ਵੇਲਾ ਜੇ ਤੁਸੀਂ ਬਾਕੀ ਖੇਡਾਂ ਨੂੰ ਪਿਆਰ ਕਰਦੇ ਨੇ ਜੇ ਤੁਸੀਂ ਦਿਲੋਂ ਕਰਦੇ ਹਾਂ ਤਾਂ ਫਿਰ ਖੇਡਾਂ ਵੱਲ ਹੁਣੇ ਤੋਂ ਧਿਆਨ ਦੇ ਦਿਓ ਅਗਲੀਆਂ ਜਿਹੜੀਆਂ ਏਸ਼ੀਆਈ ਆਉਣੀਆਂ ਵਿਸ਼ਵ ਕੱਪ ਆਉਣਾ ਕਾਮਨਵੈਲਥ ਆਉਣੀਆਂ ਨੇ ਅਤੇ ਵਰਲਡ ਕੱਪ ਓਲੰਪਿਕ ਆਉਣੀਆਂ ਨੇ ਹੁਣ ਤੋਂ ਤਿਆਰੀਆਂ ਕਰਾਓ ਤੁਸੀਂ ਹੁਣੇ ਤੋਂ ਪੂਰੀਆਂ ਤਿਆਰੀਆਂ ਕਰਾ ਦਿਓ ਯੋਗ ਉਹਨਾਂ ਨੂੰ ਫੰਡ ਦਿਓ ਯੋਗ ਉਹਨਾਂ ਨੂੰ ਖੁਰਾਕ ਦਿਓ ਹੌਸਲਾ ਅਫਜ਼ਾਈ ਦਿਓ ਅਤੇ ਤੁਸੀਂ ਵੇਖੋ ਕਿੰਨੇ ਚੰਗੇ ਰਿਜ਼ਲਟ ਆਉਣਗੇ ਆਉਣ ਵਾਲੇ ਸਮੇਂ 'ਚ ਜਿਹੜੇ ਚਿਮਟੇ ਬੈਠੇ ਆ ਲੰਬੇ ਸਮੇਂ ਤੋਂ ਸਾਰੇ ਪਾਸੇ ਕਰ ਦਿਓ ਕੋਈ ਲੋੜ ਨਹੀਂ ਇਹਨਾਂ ਦੀ ਆਖਰ ਰਿਜ਼ਲਟ ਦਿਓ ਨਹੀਂ ਭਾਜੋ ਇੱਥੇ ਕੀ ਕਰਨਾ ਐਵੇਂ ਕੁਰਸੀਆਂ 'ਤੇ ਬੈਠੇ ਰਹਿਣਾ ਚਿਮਟ ਕੇ ਤੁਸੀਂ ਸੋ ਮੈਂ ਸਤਾਖੀ ਚਾਹੁੰਦਾ ਜੇ ਕੋਈ ਗੱਲ ਮੈਥੋਂ ਇਹ ਸੀਗੇ ਬੋਲੀ ਗਈ ਹੋਵੇ ਉਹਦੇ ਲਈ ਮੈਂ ਮਾਫੀ ਚਾਹੁੰਦਾ ਫਿਰ ਵੀ ਮੈਂ ਉਹਨਾਂ ਦੇਸ਼ ਦੇ ਖਿਡਾਰੀਆਂ ਨੂੰ ਜਿਨ੍ਹਾਂ ਨੇ ਆਪਣਾ ਜੀ ਜਾਨ ਲਾ ਕੇ
वह भी जित जाते जे उन्हों की पूरी मदद की होंगी। सो आस करिए कि आने वाला समा साडे देश दे खेडा वास्ते बड़ा वधिया होवे। बड़ा हरियाणे दे पंजाब दे होर सूबे दे भी बड़े जाट बड़े तकड़े ने, कई सूबे दे राजस्थान दे यूपी दे ये बड़े वड्डे रिजल्ट वधिया सानू दे सकदे ने। सो सानू तीर अंदाज साडे जंगली लोग किन्ने तीर दे निशाने लाउंदे उत्थे जंगलां च बैठे, उह जिहे नू करो तैयार तुसीं। सो ये बहुत कुछ असीं लै के आ सकदे हां उत्थों ओलंपिक खेडां दे विच्चों जे साडी तैयारी होवे, जे असीं ध्यान देईए। जे इवें गल्लां बातां ही मारनियां मौके ते आ के ड्रामेबाजी जी करनी है फिर रिजल्ट तां इहो जिहे आउणगे, फिर कोई बहुता फायदा नहीं। फिर चीन वधी झाक लो उत्थों मगरों याद होकर झोली भर के लै गया तगमियां दी ते तुसीं क्यों नहीं लिजा सकते। सो इन्हीं बेनतियां करदा होया शायद देश दे प्रधानमंत्री जां खेड प्रेमी कोई मेरी गल सुन के माड़ा मोटा खेडां वल ध्यान दे देण तां मैनूं बड़ी खुशी होएगी। वाहिगुरू जी का खालसा श्री वाहिगुरू जी की फतेह। वधेरी जानकारी लई लाइक करो साडे फेसबुक पेज नूं ते सबसक्राइब करो यूट्यूब चैनल नूं ते इंस्टाग्राम नूं फॉलो करना ना भुल्यो।